Parents of Pulwama attack martyr Kulvinder Singh are cheated by a fraud who appeared in BSF uniform. He said that they will be awarded with a petrol pump on the name of Shaheed Kulvinder Singh and has taken an amount of 1,50,000 from the parents of Kulvinder Singh. The martyr attained martyrdom in Pulwama attack a few months ago. ਸਵੇਰੇ CRP ਦੀ ਵਰਦੀ 'ਚ 7:30 ਵਜੇ ਬੰਦਾ ਆਇਆ ਅਤੇ ਇੱਥੇ ਆ ਕੇ ਮਿਲਿਆ ਸਾਨੂੰ, ਚਲੋ ਹੱਥ ਨਾਲ ਹੱਥ ਮਿਲਾਇਆ ਅਤੇ ਉਹ ਕਹਿੰਦਾ ਬਾਹਰ ਡਰਾਈਵਰ ਵੀ ਹੈਗਾ, ਡਰਾਈਵਰ ਵੀ ਉਹ ਇੱਥੇ ਲਿਆਉਂਦਾ, ਚਾਹ ਪਾਣੀ ਪਿਲਾਇਆ ਉਹਨੂੰ, ਠੰਡਾ ਪਿਲਾਇਆ, ਇੱਥੇ ਕਾਫੀ ਦੇਰ ਬੈਠੇ ਰਹੇ ਵੀ ਹਾਂ ਵੀ, ਫਿਰ ਉਹ ਡਰਾਈਵਰ ਨੂੰ ਨਾ ਪੈਸੇ ਪੁੱਛ ਕੇ ਦਿੱਤੇ ਆ 1,000 ਰੁਪਈਆ, 1,200 ਰੁਪਈਆ ਮੰਗ ਰਿਹਾ ਸੀ ਡਰਾਈਵਰ, 1,000 ਰੁਪਈਆ ਦਿੱਤਾ, 1,000 ਰੁਪਈਏ ਦੇ ਨਾਲ ਉਹ ਡਰਾਈਵਰ ਗੱਡੀ ਲੈ ਕੇ ਚਲ ਗਿਆ। ਫਿਰ ਇੱਥੇ ਮੰਗ ਚਲੋ ਬੈਠੇ, ਮੈਂ ਜੀ ਕੁਲਵਿੰਦਰ ਸਿੰਘ ਦੇ ਨਾਲ ਵੀ ਰਿਹਾ, ਇੱਦਾਂ ਕਰਕੇ ਮੈਨੂੰ ਭੇਜਿਆ, ਮੈਂ ਦਿੱਲੀ ਤੋਂ ਆਇਆ ਅਤੇ ਇੱਥੇ ਸਾਨੂੰ ਇੱਦਾਂ ਦੀਆਂ ਗੱਲਾਂ ਮਾਰ ਕੇ ਉਹ ਇੱਥੇ ਲੈ ਗਿਆ। ਭਰੋਸਾ ਦੇ ਕੇ CRP ਦੀ ਵਰਦੀ ਦੇਖ ਕੇ ਅਸੀਂ ਵੀ ਭਰੋਸਾ ਕਰਕੇ ਵੀ ਹਾਂ ਵੀ ਕਿੰਨਾ ਹੈ, ਗਲਤ ਨਹੀਂ ਬੰਦਾ ਹੈ, ਵੀ ਚਾਂਸਾ ਦੇਵੇ ਵੀ ਵਹਾਵੇ ਤੁਹਾਡੇ ਨਾਂ 'ਤੇ ਜਾਂ ਗੈਸ ਏਜੰਸੀ ਜਾਂ ਪੈਟਰੋਲ ਪੰਪ ਖੋਲ੍ਹਣਾ ਜਾਂ ਇੱਦਾਂ ਵੀ ਉਹ ਫਾਰਮ ਭਰ ਦਿਉ, ਸ਼ਾਇਦ ਤੁਹਾਡਾ ਨੰਬਰ ਵੀ ਆ ਜਾਵੇ ਜਾਂ ਕੋਈ ਵੀ ਗੱਲ। ਫਿਰ ਉੱਥੇ ਕਹਿੰਦਾ ਵੀ ਤੁਸੀਂ ਖਾਤੇ 'ਚ ਘੱਟ ਪੈਸੇ ਦਿਖਾਓ ਕਿ ਦੂਸਰਾ ਖਾਤਾ ਖੁਲਵਾ ਲਓ ਜਾਂ FD ਕਰਵਾ ਦਿਉ ਜਾਂ ਕੋਈ ਹੋਰ ਇੱਦਾਂ ਦੇ ਕਰਦਾ ਰਹੇ। ਚਲੋ ਚਲ ਗਏ, ਕਦੇ ਫਾਰਮ ਭਰਾਉਣੇ ਵਾਸਤੇ ਕਦੇ ਕਿਸੇ ਵਾਸਤੇ 1,50,000 ਰੁਪਈਆ SBI ਜੋ ਭਰਾਇਆ। ਅੱਛਾ ਜੀ, ਅਤੇ ਉਹ ਚਲ ਗਏ ਸਟਾਂਪ ਪੇਪਰਾਂ ਦੇ ਸਾਈਨ ਕਰਾਉਣੇ, ਅਤੇ ਮੈਂ ਮਾਤਾ ਜੀ ਕੋਲ ਲੈ ਆਵਾਂ, ਮਾਤਾ ਜੀ ਨੂੰ ਲਿਆਉਣ ਗਿਆ ਵੀ ਮੋਟਰਸਾਈਕਲ ਵੀ ਮੇਰਾ ਮੋਬਾਈਲ ਵੀ ਔਰ ਕਾਪੀਆਂ ਵੀ ਬੈਂਕਾਂ ਦੀਆਂ, ਉਹ ਲੈ ਕੇ ਉਹ ਫਰਾਰ ਹੋ ਗਿਆ। ਇਸ ਦੇ ਬਾਰੇ ਕੋਈ ਪੁਲਿਸ ਨੂੰ ਇਨਫੋਰਮੇਸ਼ਨ? ਉਹ ਪੁਲਿਸ ਨੂੰ ਮੈਂ ਅਪਰੇਸ਼ਨ ਉਹ ਕੀਤੀ ਆ, ਸ਼ਿਕਾਇਤ ਕੀਤੀ ਪੁਲਿਸ ਨੂੰ, ਵੀ ਦੋਵਾਂ ਪੁਲਿਸ ਥਾਣੇ ਜਾ ਕੇ ਰਿਪੋਰਟ ਦਰਜ ਕਰਾਈ ਆ, ਨਾ ਉਸਦਾ ਕੋਈ ਫੋਨ ਚੱਕੇ ਨਾ ਕੋਈ ਬਾਤ ਆ। ਇੱਕ ਦਫ਼ਾ ਗਿਆ ਮੇਰਾ ਟਾਇਰ ਪੈਂਚਰ ਹੋ ਗਿਆ, ਮੈਂ ਪੈਂਚਰ ਲਵਾ ਰਿਹਾ, ਮੁੜ ਕੇ ਉਸਨੇ ਫੋਨ ਨਹੀਂ ਚੱਕਿਆ। ਪੁਲਿਸ ਇਜ਼ ਨਾਓ ਇਨਵੈਸਟੀਗੇਟਿੰਗ ਦ ਮੈਟਰ ਅੰਡਰ ਸੈਕਸ਼ਨ 420। ਸ਼ਹੀਦ ਕੁਲਵਿੰਦਰ ਸਿੰਘ ਪੁਲਵਾਮਾ ਵਿੱਚ ਸ਼ਹੀਦ ਹੋ ਗਿਆ ਸੀ, ਉਹਨਾਂ ਦੇ ਫਾਦਰ ਨੇ ਸਾਨੂੰ ਕਰੀਬ 12 ਵਜੇ ਆ ਕੇ ਇੱਥੇ ਥਾਣੇ ਦੱਸਿਆ ਕਿ ਇੱਕ CRPF ਦਾ ASI ਆਇਆ ਸੀ ਸਾਡੇ ਕੋਲ ਘਰ ਦੇ ਵਿੱਚ, ਉਹਨੇ ਆ ਕੇ ਉੱਥੇ ਉਹਨਾਂ ਦੇ ਕੋਲ ਚਾਹ ਪਾਣੀ ਪੀਤੀ, ਵਰਦੀ ਵੀ ਉੱਥੇ ਖੋਲ੍ਹੀ, ਵਰਦੀ ਪਾ ਕੇ ਆਇਆ ਜੀ। ਵਰਦੀ ਖੋਲ੍ਹਣ ਦੇ ਬਾਅਦ ਉਹਨੇ ਆਪਣੇ ਸਿਵਲ ਕੱਪੜੇ ਕੀਤੇ, ਵਰਦੀ ਉੱਥੇ ਰੱਖ ਦਿੱਤੀ, ਅਤੇ ਉਹਨਾਂ ਨੂੰ ਇਹ ਦੱਸਿਆ ਕਿ ਅੱਜ ਮੈਂ CRP ਵੱਲੋਂ ਆਇਆ ਅਤੇ ਤੁਹਾਨੂੰ ਕਿਹੜਾ ਪੈਟਰੋਲ ਪੰਪ ਜਾਂ ਤੁਹਾਨੂੰ ਗੈਸ ਏਜੰਸੀ ਮਿਲਣੀ ਹੈ ਕਿ ਉਹਦੇ ਲਈ ਇੱਕ ਫਾਰਮ ਭਰਨੇ ਤੁਸੀਂ, ਅਤੇ ਉਹਨਾਂ ਨੇ ਇੱਕ ਫਾਰਮ ਵੀ ਨਾਲ ਲੈਂਦਾ ਵਾ ਸੀ। ਫਾਰਮ ਭਰਨ ਦੇ ਬਾਅਦ ਉਹ ਉਹਨਾਂ ਨੂੰ ਨਾਲ ਲੈ ਕੇ ਇੱਥੇ ਆ ਗਏ ਬੈਂਕ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਕਿਹੜੇ ਤੁਹਾਡੇ ਪੈਸੇ ਹੈ ਤੁਹਾਡੇ ਖਾਤੇ ਵਿੱਚ, ਉਹਨਾਂ ਲਈ ਉਹਨਾਂ ਕੋਲ ਟੈਕਸ ਜ਼ਿਆਦਾ ਪੈਂਦਾ, ਤੁਸੀਂ ਇਹ ਟ੍ਰਾਂਸਫਰ ਕਰ ਦਿਉ ਜੇ ਹੋਰ ਅਕਾਊਂਟ ਨਵਾਂ ਖੁਲ੍ਹਾ ਗਏ। ਅਤੇ ਜਦੋਂ ਉਹਨਾਂ ਨੇ ਟ੍ਰਾਂਸਫਰ ਕਰਨ ਦੀ ਕੀਤੀ ਤਾਂ ਉਹਨਾਂ ਕੋਲ ਚੈੱਕਬੁੱਕ ਹੈ ਨਹੀਂ ਸੀ, ਉਹ ਕਹਿੰਦਾ ਚਲੋ ਫਿਰ ਪੈਸੇ ਨਕਦ ਕਢਾ ਲਓ। ਨਕਦ ਕਢਾਉਣ ਦੀ ਦੁਆਇਆ ਤਾਂ ਉਹਨਾਂ 20 ਲੱਖ ਦਾ ਪਹਿਲਾਂ ਚੈੱਕ ਭਰਿਆ ਸੀ, ਉਹ 20 ਲੱਖ ਦੇ ਬਾਅਦ ਫਿਰ ਉਹ ਬੈਂਕ ਵਾਲਿਆਂ ਨੇ ਕਿਹਾ ਕਿ ਨਹੀਂ ਅਸੀਂ ਇੰਨੇ ਪੈਸੇ ਨਹੀਂ ਕੱਢ ਸਕਦੇ। ਇਹਨਾਂ ਦੇ ਜਿਹੜਾ ਸ਼ਹੀਦ ਦੇ ਪਿਤਾ ਦਰਸ਼ਨ ਸਿੰਘ ਹੈ, ਇਹਨਾਂ ਦੇ 3 ਅਕਾਊਂਟ ਸੀ, ਅਤੇ ਇਹਨਾਂ ਤਿੰਨਾਂ ਅਕਾਊਂਟਾਂ ਵਿੱਚੋਂ 50,000-50,000 ਰੁਪਇਆ ਕਢਾ ਕੇ ਉਹਦੇ ਕੋਲ ਦਿੱਤਾ, ਅਤੇ ਉਹਨੂੰ ਆਪਣਾ ਕਿਹੜੇ ਸ਼ਹੀਦ ਦੀ ਮਾਤਾ ਸੀ ਉਹਨਾਂ ਨੂੰ ਬੈਂਕ ਵਿੱਚ ਛੱਡ ਕੇ ਆਪ ਉਹਨਾਂ ਨੂੰ ਨਾਲ ਲੈ ਕੇ ਕਚਹਿਰੀਆਂ ਦੇ ਵਿੱਚ ਚਲੇ ਗਏ। ਉੱਥੇ ਜਾ ਕੇ ਉਹਨਾਂ ਨੇ FDF ਲੈਣਾ ਸੀ, FDF ਲੈਣ ਲੱਗੇ ਉਹਨਾਂ ਨੂੰ ਕਹਿੰਦਾ ਕਿ ਮੈਂ ਤੁਹਾਡੇ ਮਿਸਿਜ ਨੂੰ ਲੈ ਆਵਾਂ, ਮਾਤਾ ਜੀ ਨੂੰ ਨਾਲ ਲੈ ਆਵਾਂ। ਉਹਨਾਂ ਨੇ ਮੋਟਰਸਾਈਕਲ ਉਹਨਾਂ ਦਾ ਲੈ ਕੇ ਅੱਗੇ ਨਿਕਲ ਗਿਆ, ਅਤੇ ਉਹਦੇ ਬਾਅਦ ਇਹ ਵਿਚਾਰੇ ਉਹਨਾਂ ਦਾ ਮੋਬਾਈਲ ਨੰਬਰ ਵੀ ਲੈ ਗਿਆ, ਮੋਬਾਈਲ ਵੀ ਨਾਲ ਲੈ ਗਿਆ, ਅਤੇ ਉਹ ਵਿਚਾਰੇ ਡੀਕਦੇ ਰਹੇ। ਉਹਨੂੰ ਡੀਕਣ ਤੋਂ ਬਾਅਦ ਕਾਫੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਸਾਡੇ ਕੋਲ ਥਾਣੇ ਆਏ, ਅਸੀਂ ਮੌਕੇ 'ਤੇ ਉੱਥੇ ਗਏ ਅਤੇ CCTV ਫੁਟੇਜ ਕਢਾਈ। ਫੁਟੇਜ ਕਢਾਉਣ ਤੋਂ ਬਾਅਦ ਅਸੀਂ ਉਹਨਾਂ ਦੇ ਪਿੰਡ ਵੀ ਗਏ, ਉੱਥੇ ਵਰਦੀ ਵੀ ਅਸੀਂ ਕਬਜ਼ੇ ਵਿੱਚ ਲਈ, ਵਰਦੀ ਲੈਣ ਤੋਂ ਬਾਅਦ ਅਤੇ ਉਹਨੂੰ ਅਸੀਂ ਸਾਰੇ ਉਹਨਾਂ ਦੀ ਛਾਣਬੀਨ ਕਰ ਰਹੇ ਹਾਂ, ਤਫਤੀਸ਼ ਕਰ ਰਹੇ ਹਾਂ, ਜਲਦੀ ਅਸੀਂ ਅਰੈਸਟ ਕਰ ਲਵਾਂਗੇ। ਰਿਪੋਰਟ ਬਾਈ ਅਮਨ ਭਮਰਾ ਫਰੋਮ ਨੂਰਪੁਰ ਬੇਦੀ ਫੋਰ ਬ੍ਰਾਈਟ ਪੰਜਾਬ ਐਕਸਪ੍ਰੈਸ।